ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਪਹਿਲਾਂ ਪੰਜਾਬ ਚੋਂ ਇੱਟ ਪੱਟੋ ਤਾਂ ਗੰਡ ਗੰਡੋਏ ਬਾਹਰ ਆਉਂਦੇ ਸੀਗੇ, ਪਰ ਅੱਜ ਕੱਲ੍ਹ ਤਾਂ ਸਿੰਗਰ ਹੀ ਬਾਹਰ ਆਉਂਦੇ ਆ। ਫੋਰ ਹਿੰਦੀ ਆਡੀਅੰਸ ਗੰਡ ਗੰਡੋਇਆ ਬੋਲੇ ਤੋਂ ਅਰਥ ਵਾਰਮ। ਅੱਜ ਦੀ ਆਟੋ ਟਿਊਨ ਦਾਲ ਆਪਾਂ ਡੈਡੀਕੇਟ ਕੀਤੀ ਹੈ ਇਟਾਲੀਅਨ ਬ੍ਰਾਂਡਸ ਦੇ ਮੈਨੀਕਿਨ ਫ੍ਰੀ ਬ੍ਰਾਂਡ ਅੰਬੈਸਡਰ ਪੰਜਾਬੀ ਸਿੰਗਰਾਂ ਵਾਸਤੇ। ਸੋ ਸ਼ੁਰੂਆਤ ਕਰਦੇ ਹਾਂ ਜੀ, ਆਪਾਂ ਦਾਲਾਂ ਨੂੰ ਧੋ ਕੇ ਭਿਓ ਲੈਣਾ, ਉਸ ਤੋਂ ਬਾਅਦ ਉਹਨਾਂ ਨੂੰ ਆਪਾਂ ਉਬਾਲ ਲਵਾਂਗੇ ਸਾਲਟਡ ਵਾਟਰ ਦੇ ਅੰਦਰ 30 ਮਿੰਟਸ ਤੱਕ। ਆਪਾਂ ਇਹਨਾਂ ਨੂੰ ਪ੍ਰੈਸ਼ਰ ਕੁੱਕ ਕਰਨਾ ਸਲੋ ਆਂਚ ਤੇ ਨਾਲ ਹੀ ਆਪਾਂ ਚੌਪਡ ਜਿੰਜਰ ਨੂੰ ਲੈਮਨ ਜੂਸ ਦੇ ਅੰਦਰ ਸੋਕ ਕਰ ਲਵਾਂਗੇ, ਬਿਕੋਜ਼ ਆਪਾਂ ਤੜਕੇ 'ਚ ਟਮਾਟਰ ਦਾ ਇਸਤੇਮਾਲ ਬਿਲਕੁਲ ਵੀ ਨਹੀਂ ਕਰਨਾ। ਪਹਿਲਾਂ ਵਾਲੇ ਸਿੰਗਰ ਤਾਂ ਗਰਾਰੇ ਕਰਕੇ ਹਿੱਕਾ ਲਾਉਂਦੇ ਸੀ, ਪਰ ਅੱਜ ਕੱਲ੍ਹ ਦੇ ਸਿੰਗਰ ਤਾਂ ਕੁਲਫੀ ਖਾ ਕੇ ਵੀ ਰਿਕਾਰਡਿੰਗ ਕਰ ਲੈਂਦੇ ਆ, ਬਿਕੋਜ਼ ਸਿੰਗਰਾਂ ਦਾ ਕਫ ਸਿਰਫ ਹੈਗਾ ਆਟੋ ਟਿਊਨ, ਜਿਹੜਾ ਕਿ ਢਿੰਚਕ ਪੂਜਾ ਨੂੰ ਛੱਡ ਕੇ ਕਿਸੇ ਦਾ ਵੀ ਗਲਾ ਸਾਫ਼ ਕਰ ਸਕਦਾ ਹੈ। ਸੋ ਜਿਵੇਂ ਕਿ ਤੁਸੀਂ ਦੇਖਿਆ, ਆਪਾਂ ਤੜਕਾ ਲਾਉਣ ਵਾਸਤੇ ਬਹੁਤ ਸਾਰਾ ਮੱਖਣ ਲਵਾਂਗੇ, ਉਹਦੇ ਵਿੱਚ ਥੋੜਾ ਜਿਹਾ ਆਇਲ ਪਾਉਣਾ ਤੇ ਨਕਲੀ ਜੀ ਹਿੰਗ ਪਾ ਦੇਵਾਂਗੇ ਵਧੀਆ ਫਲੇਵਰ ਵਾਸਤੇ, ਤੇ ਨਾਲ ਹੀ ਕੁੱਟ ਕੇ ਜੀਰਾ ਪਾ ਦੇਵਾਂਗੇ। ਤੇ ਹੁਣ ਆਪਾਂ ਤੜਕੇ 'ਚ ਪਾਵਾਂਗੇ ਫਾਈਨਲੀ ਚੌਪਡ ਰੈੱਡ ਅਨੀਅਨਸ ਤੇ ਨਾਲ ਹੀ ਗਾਰਲਿਕ ਨੂੰ। ਸਿੰਗਰਾਂ ਦੀ ਚੜਾਈ ਦੇਖ ਕੇ ਪਿੰਡ ਵਾਲੇ ਵਿੱਕੀ ਨੇ ਵੀ ਜ਼ਮੀਨ ਵੇਚ ਕੇ ਲੈਂਬਰਗਿਨੀ ਕਿਰਾਏ ਤੇ ਲੈ ਲਈ। ਮਿਊਜ਼ਿਕ ਵੀਡੀਓ 'ਚ ਉਹਨੇ ਹੱਥ ਜੇ ਬਿੰਗੇ ਕਰਕੇ ਆਈ ਮੀ ਐਂਡ ਮਾਈਸੈਲਫ ਤੇ ਗਾਣਾ ਗਾਤਾ ਤੇ ਕਪੋਸ਼ਿਤ ਗੋਰੀਆਂ ਉਹਦੀ ਨਜ਼ਰ ਉਤਾਰ ਰਹੀਆਂ ਸੀ। ਪਿੰਡ ਮੁੜਦੇ ਵਿੱਕੀ ਨੂੰ ਡੈਡੀ ਜੀ ਨੇ ਮੂਧਾ ਪਾ ਲਿਆ, ਫੈਂਡੀ ਵਾਲੇ ਲੀੜਿਆਂ 'ਚ ਵਿੱਕੀ ਦੀ ਫਾਂਡੀ ਲਾਤੀ। ਜਿੰਨੀ ਵਾਰੀ ਗੁੱਚੀ 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 ਲਿਖਿਆ ਸੀ ਉਨੀ ਵਾਰੀ ਕਿੱਲਾ ਵਾਲੀ ਜੁੱਤੀ 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 ਨਾ ਮਾਰਿਆ। ਜਵਾਕ ਦੇ ਸਰੀਰ 'ਚ ਇੰਨੇ ਹੋਲ ਦੇ ਕੇ ਮਾਂ ਨੂੰ ਹੌਲ ਪੈ ਗਿਆ। ਵਿੱਕੀ ਤਾਂ ਹੁਣ ਵਿੱਕੀ ਲੀਕ ਹੋ ਗਿਆ, ਜਿਹਦਾ ਖੁਲਾਸਾ ਉਹਦੇ ਆਪਦੇ ਡੈਡੀ ਨੇ ਕਰਤਾ। ਨਾਲੇ ਵਿੱਕੀ ਕੁੱਟ ਖਾਈ ਜਾਵੇ, ਨਾਲੇ ਗਾਣਾ ਗਾਈ ਜਾਵੇ। ਪਿਓ ਦਾ ਇਹ ਰੂਪ ਦੇਖ ਕੇ ਵਿੱਕੀ ਦਾ ਜੱਜ ਵੀ ਪਰਮਾਨੈਂਟਲੀ ਬਾਹਰ ਨਿਕਲ ਗਿਆ। ਹੁਣ ਅੱਜ ਕੱਲ੍ਹ ਵਿੱਕੀ ਚੰਡੀਗੜ੍ਹ 'ਚ ਕਾਲ ਸੈਂਟਰ ਦੀ ਨੌਕਰੀ ਕਰਦਾ, ਨਾਲੇ ਆਇਲਸ ਦੀ ਤਿਆਰੀ ਕਰਦਾ। ਸੋ ਨਾਓ ਗੈਟਿੰਗ ਬੈਕ ਟੂ ਦ ਰੈਸਪੀ, ਆਪਣਾ ਤੜਕਾ ਤਿਆਰ ਹੈ ਤੇ ਦਾਲ ਚੰਗੀ ਤਰ੍ਹਾਂ ਉਬਲ ਗਈ ਹੈ, ਇਹਨੂੰ ਆਪਾਂ ਤੜਕੇ ਦੇ ਅੰਦਰ ਸ਼ਾਮਿਲ ਕਰ ਲਵਾਂਗੇ। ਤੜਕੇ 'ਚ ਖਟਾਈ ਆਪਾਂ ਰੱਖੀਏ ਨਿੰਬੂ ਦੀ ਤੇ ਅਮਚੂਰ ਦੀ, ਤੇ ਗਰਮ ਮਸਾਲੇ ਦਾ ਵਧੀਆ ਫਲੇਵਰ ਆਊਗਾ। ਚਨਾ ਦਾਲ ਨੇ ਆਪਣੀ ਦਾਲ ਨੂੰ ਚੰਗਾ ਟੈਕਸਚਰ ਦਿੱਤਾ ਤੇ ਹੁਣ ਆਪਾਂ ਇਹਦੇ ਅੰਦਰ ਗ੍ਰੀਨ ਚਿਲੀਜ਼ ਐਡ ਕਰ ਦਵਾਂਗੇ ਤੇ ਇਹਨੂੰ 10 ਤੋਂ 15 ਮਿੰਟ ਵਾਸਤੇ ਸਲੋ ਆਂਚ ਤੇ ਪਕਾਵਾਂਗੇ। ਦੋਸਤੋ, ਸਰਕਾਰ ਦੇ ਐਂਜਲ ਪ੍ਰਿਆ ਬੁਲੀਜ਼ ਨੇ ਤਾਂ ਸਿੰਗਰਾਂ ਨੂੰ ਵੀ ਨੈਗੇਟਿਵ ਕਰਤਾ। ਜਿਹੜੇ ਚਿੱਤਰਹਾਰ 'ਚ ਪਹਿਲਾਂ ਪਿਆਰ ਭਰੇ ਗੀਤ ਹੁੰਦੇ ਸੀਗੇ ਤੇ ਸਵੇਰ ਦੀ ਵਧੀਆ ਸ਼ੁਰੂਆਤ ਹੁੰਦੀ ਸੀ, ਪਰ ਅੱਜ ਕੱਲ੍ਹ ਤਾਂ YouTube ਤੇ ਨਫ਼ਰਤ ਭਰੇ ਗੀਤ ਹੁੰਦੇ ਆ। ਸਿੰਗਰ ਦਾ ਡੈਬਿਊ ਸੌਂਗ ਹੀ ਹੇਟਰਾਂ ਤੇ ਹੁੰਦਾ, ਜਿਹਨੂੰ ਹਲੇ ਉਹਦੇ ਪਿੰਡ ਦਾ ਚੌਂਕੀਦਾਰ ਵੀ ਨਹੀਂ ਜਾਣਦਾ। ਜਿਹੜੇ ਗੀਤ ਪਹਿਲਾਂ ਟਰੱਕਾਂ ਵਾਲਿਆਂ ਤੇ ਬਣਦੇ ਸੀ, ਅੱਜ ਕੱਲ੍ਹ ਉਹ ਫਰਾਰੀ ਤੇ ਬਣਦੇ ਆ। ਇੰਨੇ ਡਾਊਨ ਟੂ ਅਰਥ ਗੀਤ ਸੁਣ ਕੇ ਯੂਥ ਸੈਂਟਰੋਂ ਨੂੰ ਵੀ ਆਊਟੀ ਵਾਲੇ ਕੌਨਫੀਡੈਂਸ ਨਾਲ ਭਜਾਉਂਦਾ। ਦੋਸਤੋ, ਦਾਲ ਆਪਣੀ ਆਲਮੋਸਟ ਤਿਆਰ ਹੈ, ਜਿਹਦੇ ਅੰਦਰ ਆਪਾਂ ਹੁਣ ਧਨੀਆ ਪਾਵਾਂਗੇ ਤਾਜ਼ਾ, ਤੇ ਨਾਲ ਹੀ ਆਪਾਂ ਲੱਛੇ ਪਰੌਂਠੇ ਲਾ ਲਵਾਂਗੇ। ਦੋਸਤੋ, ਕਿਸੇ ਨੇ ਸੱਚ ਹੀ ਕਿਹਾ ਸੀ ਪੈਸਾ ਹੱਥਾਂ ਦੀ ਮੈਲ ਹੈ, ਤਾਂ ਹੀ ਇਹ ਪਤੰਦਰ ਹਰ ਮਿਊਜ਼ਿਕ ਵੀਡੀਓ 'ਚ ਹੱਥਾਂ ਨੂੰ ਰਗੜੀ ਜਾਂਦੇ ਆ। ਜਿਹੜੇ ਐਕਸ਼ਨ ਕੈਂਪਸ ਦੇ ਸਨੀਕਰਸ ਪਹਿਲਾਂ 400 'ਚ ਵਿਕਦੇ ਸੀ, ਉਹੀ ਸਿੰਗਰਾਂ ਦੀ ਬਦੌਲਤ 40,000 ਦੇ ਗੁੱਚੀ ਦੇ ਵਿਕਦੇ ਆ। ਪਰ ਸੁੱਖੀ ਭਾਵੇਂ ਜਿੰਨਾ ਮਰਜ਼ੀ ਤਵਾ ਲਾ ਲਵੇ, ਹਰ ਮਹਿਫਿਲ ਦੀ ਜਾਨ ਹੈ ਪੰਜਾਬੀ ਸਿੰਗਰ। ਐਂਡ ਥੈਂਕ ਯੂ ਸੋ ਮਚ ਫੋਰ ਫੋਲੋਇੰਗ ਸੁੱਖੀ ਪਿਆਰ ਦੀ ਭੁੱਖੀ।